ਮਲੇਰਕੋਟਲਾ ਦੇ ਨੇੜੇ ਪਿੰਡ ਜਿੱਤਵਾਲ ਕਲਾਂ ਵਿਖੇ ਇੱਕ ਸਿੱਖ ਪਰਿਵਾਰ ਦੇ ਵੱਲੋਂ ਮੁਸਲਿਮ ਭਰਾਵਾਂ ਨੂੰ ਮਸਜਿਦ ਬਣਾਉਣ ਲਈ ਆਪਣੀ ਪੁਸ਼ਤੈਨੀ ਜ਼ਮੀਨ ਵਿੱਚੋਂ 6 ਵਿਸਵੇ ਜ਼ਮੀਨ ਦੀ ਚਰਚਾ ਪੂਰੇ ਇਲਾਕੇ ਵਿੱਚ ਆਮ ਹੋ ਰਹੀ ਹੈ। ਇਸੇ ਦੇ ਮੱਦੇਨਜ਼ਰ ਅੱਜ ਸਾਹਿਬਜ਼ਾਦਾ ਨਦੀਮ ਅਨਵਰ ਖਾਨ ਦੀ ਰਿਹਾਇਸ਼ ਵਿਖੇ ਉਕਤ ਪਰਿਵਾਰ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪਰਿਵਾਰ ਨਾਲ ਸੰਬੰਧਿਤ ਜਗਮੇਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਮੁਸਲਿਮ ਭਰਾਵਾਂ ਤੋਂ ਪਤਾ ਚੱਲਿਆ ਸੀ ਕਿ ਉਹਨਾਂ ਨੂੰ ਮਸਜਿਦ ਲਈ ਪਿੰਡ ਦੇ ਦਰਮਿਆਨ ਕੋਈ ਜਗ੍ਹਾ ਲੋੜੀਂਦੀ ਹੈ, ਜਿਸ 'ਤੇ ਉਹਨਾਂ ਆਪਣੇ ਪਰਿਵਾਰ ਦੇ ਨਾਲ ਵਿਚਾਰ ਕਰਕੇ ਉਹਨਾਂ ਦੀ ਪਛਤੈਨੀ ਜ਼ਮੀਨ 'ਚੋਂ ਇਹ ਜਗ੍ਹਾ ਦੇ ਦਿੱਤੀ। ਉਹਨਾਂ ਕਿਹਾ ਕਿ ਇਸ ਬਦਲੇ ਉਹਨਾਂ ਨੂੰ ਸਿਰਫ ਮੁਸਲਿਮ ਹੀ ਨਹੀਂ ਬਲਕਿ ਹੋਰ ਭਾਈਚਾਰੇ ਵੱਲੋਂ ਵੀ ਸ਼ੁਭਕਾਮਨਾਵਾਂ ਮਿਲ ਰਹੀਆਂ ਨੇ। ਸਾਹਿਬਜ਼ਾਦਾ ਨਦੀਮ ਅਨਵਾਰ ਖਾਂ, ਮੌਲਾਨਾ ਉਸਮਾਨ ਲੁਧਿਆਣਵੀ ਨੇ ਜਗਮੇਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਇਸ ਸ਼ੁਭ ਕੰਮ ਦੇ ਲਈ ਧੰਨਵਾਦ ਕੀਤਾ ਅਤੇ ਉਹਨਾਂ ਦਾ ਸਨਮਾਨ ਕੀਤਾ। ਜੀ, ਸਰਦਾਰ ਜਗਮੇਲ ਸਿੰਘ ਅਤੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਪਿੰਡ ਜਤਵਾਲ ਕਲਾਂ ਵਿੱਚ ਜਿਹੜਾ ਮੁਸਲਮਾਨ ਭਾਈਚਾਰੇ ਨੂੰ ਜਿਹੜੀ ਮਸਜਿਦ ਲਈ ਇਹਨਾਂ ਨੇ ਜਗ੍ਹਾ ਦਾਨ ਦਿੱਤੀ ਹੈ, ਉਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ, ਬਹੁਤ ਇੱਕ ਨੇਕ ਕਦਮ ਹੈ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਇਹਨਾਂ ਦਾ ਸਨਮਾਨਿਤ ਕੀਤਾ ਜਾ ਰਿਹਾ, ਬਹੁਤ ਖੁਸ਼ੀ ਦੀ ਗੱਲ ਹੈ। ਔਰ ਜਿਹੜਾ ਸਾਡੇ ਮੁਸਲਿਮ ਭਾਈਚਾਰੇ ਨੂੰ ਬਹੁਤ ਦੂਰ ਨਮਾਜ਼ ਅਦਾ ਕਰਨ ਲਈ ਜਾਣਾ ਪੈਂਦਾ ਸੀ, ਇਹਨਾਂ ਨੇ ਉਹਨਾਂ ਦੀ ਮੁਸ਼ਕਲਾਂ ਨੂੰ, ਉਹਨਾਂ ਦੀ ਜਿਹੜੀ ਦਰਦ ਹੈ ਉਹਨੂੰ ਮਹਿਸੂਸ ਕੀਤਾ, ਇੱਕ ਇਨਸਾਨੀਅਤ ਦੇ ਤੌਰ 'ਤੇ ਜਿਹੜਾ ਮੁਸਲਿਮ ਸਿੱਖ ਹਿੰਦੂ ਸਾਂਝ ਹੈ ਜਿਹੜੀ ਸਾਡੇ ਮਲੇਰਕੋਟਲਾ ਸ਼ਹਿਰ ਦੀ ਜਿਹੜੀ ਰਵਾਇਤ ਚੱਲੀ ਆ ਰਹੀ ਹੈ ਨਵਾਬ ਸ਼ੇਰ ਮੁਹੰਮਦ ਖਾਨ ਦੇ ਵਕਤ ਤੋਂ, ਜਿਨ੍ਹਾਂ ਨੇ ਹਾਦਾ ਨਾਰਾ ਮਾਰਿਆ ਸੀ ਸਾਹਿਬਜ਼ਾਦਿਆਂ ਦੇ ਲਈ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਉਹ ਮੁਸਲਮਾਨ ਹੁੰਦੇ ਹੋਏ ਇੱਕ ਸਿੱਖ ਜਿਹੜੇ ਬੱਚੇ ਨੇ ਉਹਨਾਂ ਲਈ ਇਨਸਾਨੀਅਤ ਦੇ ਤੌਰ 'ਤੇ ਉਹਨਾਂ ਨੇ ਕਿਹਾ ਸੀ ਕਿ ਉਹ ਬੇਕਸੂਰ ਹਨ, ਉਹ ਹਾਦਾ ਨਾਰਾ ਮਾਰਿਆ ਸੀ ਔਰ ਹੱਕ ਔਰ ਸੱਚ ਦੀ ਜਿਹੜੀ ਆਵਾਜ਼ ਬੁਲੰਦ ਕੀਤੀ ਸੀ, ਉਸੇ ਰਵਾਇਤ ਨੂੰ ਇਹਨਾਂ ਨੇ ਅੱਗੇ ਜਾਰੀ ਰੱਖਿਆ ਹੈ। ਔਰ ਬਹੁਤ ਖੁਸ਼ੀ ਦੀ ਗੱਲ ਹੈ, ਇੱਕ ਤਰਫ ਜਦ ਅਸੀਂ ਦੇਖ ਰਹੇ ਪੂਰੇ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਹੋ ਰਿਹਾ ਔਰ ਧਰਮ ਦੇ ਨਾਂ 'ਤੇ ਜਿਹੜਾ ਲੋਕਾਂ ਨੂੰ ਆਪਸ 'ਚ ਵੰਡਿਆ ਜਾ ਰਿਹਾ, ਦੂਸਰੀ ਤਰਫ ਅਸੀਂ ਦੇਖਦੇ ਹਾਂ ਇਹ ਜਿਹੜਾ ਸਿੱਖ ਪਰਿਵਾਰ ਹੈ ਇਹਨਾਂ ਨੇ ਜਿਹੜਾ ਧਰਮ ਦੇ ਨਾਂ 'ਤੇ ਜੋੜਿਆ ਹੈ ਲੋਕਾਂ ਨੂੰ, ਹਿੰਦੂ ਮੁਸਲਮਾਨ ਸਿੱਖਾਂ ਨੂੰ ਆਪਸ ਵਿੱਚ, ਔਰ ਜਿਹੜੀ ਇਹ ਅਮਨ ਦੀ ਭਾਈਚਾਰੇ ਦਾ ਜਿਹੜਾ ਪੈਗਾਮ ਇਹਨਾਂ ਨੇ ਦਿੱਤਾ ਹੈ, ਇਨਸ਼ਾਅੱਲਾ ਇਹ ਜਿਹੜਾ ਮੈਸੇਜ ਸਾਨੂੰ ਆਮ ਕਰਨਾ ਚਾਹੀਦਾ ਹੈ। ਔਰ ਮੈਨੂੰ ਉਮੀਦ ਹੈ ਕਿ ਇਹ ਇਸੇ ਤਰ੍ਹਾਂ ਸਨਮਾਨਿਤ ਇਹਨੂੰ ਅਸੀਂ ਕਰ ਰਹੇ ਹਾਂ, ਹੋਰ ਵੀ ਸਭ ਲੋਕ ਇਹਨਾਂ ਨੂੰ ਸਨਮਾਨਿਤ ਕਰਨਗੇ ਤਾਂ ਕਿ ਇਹਨਾਂ ਨੂੰ ਰਿਕੋਗਨਾਈਜ਼ ਕੀਤਾ ਜਾਏ ਜਿਹੜੇ ਇਹਨਾਂ ਨੇ ਜਿਹੜਾ ਕਦਮ ਚੁੱਕਿਆ ਹੈ। ਔਰ ਇਨਸ਼ਾਅੱਲਾ ਅਸੀਂ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਅਸੀਂ ਇਹ ਅੱਗੇ ਵੀ ਜਿਹੜੀ ਮਸਜਿਦ ਜਿਹੜੀ ਬਣੇਗੀ ਉਸ ਵਿੱਚ ਇਨਸ਼ਾਅੱਲਾ ਅਸੀਂ ਜਿਹੜਾ ਕੰਸਟਰਕਸ਼ਨ ਹੈ ਯੋਗਦਾਨ ਅਸੀਂ ਦੇਵਾਂਗੇ। ਇਹਨੇ ਕਹਿ ਕੇ ਸ਼ੁਕਰੀਆ, ਸਲਾਮ। ਕੀ ਲੱਗਦਾ ਜੀ ਇਹਦੇ ਨਾਲ ਜਿਹੜੀ ਆਪਸੀ ਏਕਤਾ ਹੋਰ ਮਜ਼ਬੂਤ ਹੋ? ਬਿਲਕੁਲ ਜੀ ਲੱਗਦਾ ਹੈ, ਲੇਕਿਨ ਇਹਦੀ ਰਵਾਇਤ ਹੈ ਆਪਣੇ ਸ਼ਹਿਰ ਦੀ ਜਿਹੜੀ ਚੱਲੀ ਆ ਰਹੀ ਹੈ ਔਰ ਜਿਹੜਾ ਇਹਨਾਂ ਨੇ ਜਿਹੜਾ ਐਗਜ਼ਾਮਪਲ ਸੈੱਟ ਕੀਤਾ ਔਰ ਕੋਈ ਨਵੀਂ ਗੱਲ ਨਹੀਂ ਹੈ, ਸਦੀਆਂ ਤੋਂ ਚੱਲਿਆ ਆ ਰਿਹਾ ਜਿਹੜਾ ਜਿਹੜੀ ਸਾਂਝ ਹੈ ਸਾਡੀ ਗੁਰੂਆਂ ਦੇ ਵਕਤ ਤੋਂ ਸਦੀਆਂ ਤੋਂ, ਜਿਹੜੀ ਚਾਹੇ ਉਹ ਪੀਰ ਬੁੱਧੂ ਸ਼ਾਹ, ਨਬੀ ਖਾਂ, ਗਨੀ ਖਾਂ, ਨਵਾਬ ਸ਼ੇਰ ਮੁਹੰਮਦ ਖਾਨ ਦੀ ਗੱਲ ਕਰੀਏ ਔਰ ਭਾਈ ਮਰਦਾਨਾ ਜਿਹਨਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ, ਇਹ ਸਦੀਆਂ ਤੋਂ ਇਹ ਜਿਹੜਾ ਪੰਜਾਬ ਦੀ ਜਿਹੜੀ ਸਾਡੇ ਰਵਾਇਤ ਹੈ ਔਰ ਖਾਸ ਕਰ ਆਪਣੇ ਸ਼ਹਿਰ ਦੀ, ਇਨਸ਼ਾਅੱਲਾ ਇਸ ਨੂੰ ਅਸੀਂ ਇਸ ਤਰ੍ਹਾਂ ਜਿਹੜਾ ਉਹ ਜਾਰੀ ਰੱਖਾਂਗੇ। ਜੀ ਰਹੀਮ, ਸ਼ੁਰੂ ਕਰਦਾ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਅਤੇ ਨਿਹਾਇਤ ਹੀ ਰਹਿਮ ਕਰਨ ਵਾਲਾ। ਅੱਜ ਮਲੇਰਕੋਟਲਾ ਸਾਹਿਬਜ਼ਾਦਾ ਨਦੀਮ ਅਨਵਾਰ ਖਾਨ ਸਾਹਿਬ ਦੇ ਘਰ ਅਸੀਂ ਮੌਜੂਦ ਹਾਂ, ਜਿੱਥੇ ਕਿ ਸਾਡੇ ਜਿਹੜਾ ਨੇੜੇ ਦਾ ਪਿੰਡ ਹੈ ਜਿਤਵਾਲ। ਤੁਸੀਂ ਦੋ ਦਿਨ ਪਹਿਲਾਂ ਸੁਣਿਆ ਹੋਣਾ, ਮੈਂ ਲੁਧਿਆਣੇ ਬੈਠ ਕੇ ਵੀ ਇਹ ਖੂਬਸੂਰਤ ਖਬਰ ਜਿਹੜੀ ਹੈ ਸੁਣੀ ਕਿ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਜਗਮੇਲ ਸਿੰਘ ਹੋਰਾਂ ਨੇ ਆਪਣੀ ਜਿਹੜੀ ਜਗ੍ਹਾ ਹੈ ਉਹ ਉੱਥੇ ਮਸਜਿਦ ਬਣਾਉਣ ਦੇ ਲਈ ਜਿਹੜੀ ਹੈ ਉੱਥੇ ਦੇ ਮੁਕਾਮੀ ਮੁਸਲਮਾਨਾਂ ਨੂੰ ਦਿੱਤੀ ਹੈ। ਅਗਰ ਅਸੀਂ ਸਿੱਖ ਇਤਿਹਾਸ ਚੱਕਦੇ ਹਾਂ ਤਾਂ ਬਹੁਤ ਸਾਰੀ ਪਾਤਸ਼ਾਹੀਆਂ ਜਿਹੜੀਆਂ 10 ਪਾਤਸ਼ਾਹੀਆਂ ਜੋ 7 ਪਾਤਸ਼ਾਹੀਆਂ ਨੇ ਆਪਣੇ ਆਪਣੇ ਸਮੇਂ 'ਚ ਲੋੜ ਦੇ ਮੁਤਾਬਕ ਆਪਣੇ ਇਲਾਕੇ ਦੇ ਮੁਸਲਮਾਨਾਂ ਨੂੰ ਮਸਜਿਦ ਜਿਹੜੀ ਹੈ ਉਹ ਬਣਾ ਕੇ ਦਿੱਤੀ। ਅਤੇ ਮੈਂ ਸਮਝਦਾ ਕਿ ਇਸ ਸਰਦਾਰ ਖਾਨਦਾਨ ਨੇ ਇੱਕ ਬਹੁਤ ਹੀ ਅੱਛੀ ਨਵੀਂ ਰਿਵਾਇਤ ਜਿਹੜੀ ਹੈ ਉਹਨੂੰ ਕਾਇਮ ਕੀਤਾ ਔਰ ਮੈਂ ਦੁਆ ਕਰਦਾ ਕਿ ਪੂਰਾ ਪੰਜਾਬ ਜਿਹੜਾ ਦੁਨੀਆ ਦੇ ਸਾਹਮਣੇ ਆਪਸੀ ਇਸ ਭਾਈਚਾਰਕ ਸਾਂਝ ਨੂੰ ਪੇਸ਼ ਕਰੇਗਾ ਔਰ ਆਉਣ ਵਾਲਾ ਸਮਾਂ ਜਿਹੜਾ ਇਸ ਦੇਸ਼ ਦਾ ਜਿਹਦੇ 'ਚ ਕੁਝ ਫਿਰਕੂ ਤਾਕਤਾਂ ਜਿਹੜੀਆਂ ਦੇਸ਼ ਦੇ ਵਿੱਚ ਆਪਣਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਉਹਨਾਂ ਦੇ ਲਈ ਜਗਮੇਲ ਸਿੰਘ ਹੁਣੀ ਇਹਨਾਂ ਦਾ ਪੂਰਾ ਪਰਿਵਾਰ ਜਿਹੜਾ ਔਰ ਇਹ ਪਿੰਡ ਜਿਹੜਾ ਔਰ ਖਾਸ ਕਰ ਪੰਜਾਬ ਦੀ ਧਰਤੀ ਔਰ ਇੱਥੇ ਦੇ ਸਿੱਖ, ਮੁਸਲਮਾਨ, ਹਿੰਦੂ ਔਰ ਦਲਿਤ ਭਾਈ ਜਿਹੜੇ ਨੇ ਉਹ ਆਪਸੀ ਭਾਈਚਾਰਕ ਸਾਂਝ ਦੀ ਇੱਕ ਜ਼ਿੰਦਾ ਮਿਸਾਲ ਨੇ ਔਰ ਆਉਣ ਵਾਲੇ ਸਮੇਂ 'ਚ ਐਸੀਆਂ ਮਿਸਾਲਾਂ ਜਿਹੜੀਆਂ ਉਹ ਬਣਦੀਆਂ ਰਹਿਣ। ਧੰਨਵਾਦ। ਸ਼ੁਕਰੀਆ। ਸਾਨੂੰ ਇੱਥੇ ਸਮੁੱਚੇ ਮੁਸਲਿਮ ਭਾਈਚਾਰੇ ਵੱਲੋਂ ਬੁਲਾਇਆ ਗਿਆ, ਸ਼ਾਹਿਦ ਬਾਈ ਅਰਸ਼ ਮੁਨਸ਼ੀ ਜੀ ਇਹਨਾਂ ਨੇ ਫੋਨ ਕਰਿਆ ਸਪੈਸ਼ਲ। ਮੈਂ ਤਾਂ ਸਾਡਾ ਫੈਮਿਲੀ ਖੇਤੀਬਾੜੀ ਦਾ ਕੰਮ ਕਰਦੀ ਹੈ ਅਤੇ ਪਿੰਡ ਸੀ ਸਪੈਸ਼ਲ, ਫਿਰ ਇਹਨਾਂ ਦੇ ਬੁਲਾਵੇ 'ਤੇ ਪਰਸੋਂ ਦੇ ਫੋਨ ਕਰੀ ਜਾਂਦੇ ਆ। ਉੱਦਾਂ ਮੈਂ ਮਾਫ਼ੀ ਵੀ ਚਾਹੁੰਦਾ ਇਹਨਾਂ ਨੂੰ ਕਿਉਂਕਿ 25-30 ਮਿੰਟ ਮੈਂ ਲੇਟ ਹੋ ਗਿਆ ਅਤੇ ਇਹਦੇ ਸੰਬੰਧ 'ਚ ਜੋ ਸਾਡੀ ਫੈਮਿਲੀ ਨੇ ਇੱਕ ਆਪਣੇ ਵੱਲੋਂ ਕੋਸ਼ਿਸ਼ ਕਰੀ ਤੀ ਕਿ ਇੱਕ ਉੱਪਰ ਵਾਲੇ ਦੇ ਘਰ ਲਈ ਜਗ੍ਹਾ ਮਸਜਿਦ ਬਣਾਉਣ ਲਈ ਡੋਨੇਟ ਕਰੀ ਸੀ, ਉਹਦੇ ਸੰਬੰਧ 'ਚ ਸਮੁੱਚੇ ਮੁਸਲਮਾਨ ਭਾਈਚਾਰਾ ਮਲੇਰਕੋਟਲੇ ਨੇ ਅੱਜ ਸਾਡਾ ਬਹੁਤ ਮਾਣ ਸਤਿਕਾਰ ਦਿੱਤਾ। ਇੰਨਾ ਅਸੀਂ ਐਕਸਪੈਕਟ ਨਹੀਂ ਕਰਿਆ ਸੀ ਕਿਉਂਕਿ ਜਿੰਨਾ ਮਾਣ ਸਤਿਕਾਰ ਸਮੁੱਚੇ ਲੋਕਾਂ ਦੇ ਫੋਨ ਆਉਂਦੇ ਨੇ ਸਾਨੂੰ ਕੈਨੇਡਾ, ਅਮੈਰੀਕਾ ਤੋਂ, ਇਹ ਨਹੀਂ ਕੋਈ ਮੁਹੰਮਦਨ, ਜਸਟ ਸਿੱਖ, ਹਿੰਦੂ,
ਸਾਰੇ ਫੋਨ ਕਰਕੇ ਕਹਿੰਦੇ ਨੇ ਵੀ ਬਹੁਤ ਵਧੀਆ ਕਿਉਂਕਿ ਸਾਡੇ ਨੈਸੈਸਿਟੀ ਦੀ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤਾਂ ਉਹ ਕੰਮ ਆਪਾਂ ਨੇਪਰੇ ਚਾੜਦੇ ਐਫਰਟ ਕਰਕੇ ਤਾਂ ਉਹਨੂੰ ਸਾਰੇ ਲੋਕ ਜ਼ਿਆਦਾ ਐਪਰੀਸ਼ੀਏਟ ਕਰਦੇ ਨੇ। ਇਹ ਕਿਹੜੇ ਪਿੰਡ ਦੇ ਵਿੱਚ ਜਗ੍ਹਾ ਦਿੱਤੀ ਹੈ ਅਤੇ ਕਿੰਨੀ ਹੈ? ਜਿੱਤਵਾਲ ਕਲਾਂ ਦੇ ਵਿੱਚ ਜਗ੍ਹਾ ਜੀ, ਇਹ ਤਕਰੀਬਨ ਸਾਡੀ ਪੁਸ਼ਤੈਨੀ ਜਗ੍ਹਾ 100 ਸਾਲ ਤੋਂ ਵਿਰਾਨ ਹੀ ਪਈ ਸੀ ਅਤੇ 6 ਵਿਸਵੇ ਜਗ੍ਹਾ ਜੀ, ਉਹ ਪਿੰਡ ਦੇ ਬਿਲਕੁਲ ਸੈਂਟਰ 'ਚ ਆ ਅਤੇ ਜੇ ਕਿਹਾ ਜਾਵੇ ਤਾਂ ਮਸਜਿਦ ਲਈ ਬਿਲਕੁਲ ਢੁਕਵੀਂ ਜਗ੍ਹਾ ਹੈ, ਬਿਲਕੁਲ ਸੈਂਟਰ 'ਚ ਅਤੇ ਕੋਈ ਪਾਣੀ ਨਿਕਾਸੀ ਪ੍ਰੋਬਲਮ। ਕੀ ਪਿੰਡ ਵਿੱਚ ਪਹਿਲਾਂ ਮਸਜਿਦ ਲਈ ਜਗ੍ਹਾ ਹੈ ਨਹੀਂ ਸੀ? ਮਸਜਿਦ ਨਹੀਂ ਹੈ ਨਹੀਂ ਸੀ ਜੀ, ਮੇਰੀ 40 ਸਾਲ ਦੇ ਕਰੀਬ ਉਮਰ ਹੋ ਗਈ ਅਤੇ 30 ਸਾਲ ਤੋਂ ਮੈਂ ਦੇਖਦਾ ਕਿਉਂਕਿ ਇੱਕ ਦੋ ਮੇਰਾ ਦੋਸਤ ਸੀ ਕੇਸਰ ਖਾਂ, ਉਹਦਾ ਇੰਤਕਾਲ ਹੋ ਗਿਆ, ਹੁਣ ਨਹੀਂ ਹੈ ਇਸ ਦੁਨੀਆਂ 'ਚ। ਛੋਟਾ ਹੁੰਦਾ ਮੇਰੇ ਨਾਲ ਖੇਡਦਾ, 10ਵੀਂ ਤੱਕ ਇਕੱਠੇ ਪੜ੍ਹੇ ਹਾਂ। ਉਹ ਅਕਸਰ ਉਦੋਂ ਉਹਨਾਂ ਦੀ ਫੈਮਿਲੀ 'ਚ ਵੀ ਮੇਰਾ ਬਹੁਤ ਜਾਣਾ ਆਉਣਾ ਸੀ, ਉਹ ਕੋਸ਼ਿਸ਼ ਕਰਦੇ ਸੀ ਵੀ ਇੱਕ ਮਸਜਿਦ ਅਸੀਂ ਬਣਾਵਾਂਗੇ ਕਿਉਂਕਿ ਸਾਡੇ ਪਿੰਡ ਦੇ ਜਿੰਨੇ ਵੀ ਮੁਹੰਮਦਨ ਸੀ ਉਹਨਾਂ ਨੂੰ ਨਮਾਜ਼ ਅਦਾ ਕਰਨ ਲਈ ਜਾਂ ਤਾਂ ਰੋਡੀ ਵੱਲ ਜਾਣਾ ਪੈਂਦਾ ਸੀ ਜਾਂ ਬੇਗੋਲ ਗੁਆਂਢੀ ਪਿੰਡਾਂ ਜਾਣਾ ਪੈਂਦਾ ਸੀ। ਖਾਸ ਕਰਕੇ ਰਮਜ਼ਾਨ ਦੇ ਦਿਨਾਂ 'ਚ ਉਹਨਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਸੀ। ਅੱਛਾ, ਤੁਹਾਨੂੰ ਇਹ ਪ੍ਰੇਰਣਾ ਕਿੱਥੋਂ ਮਿਲੀ ਤੁਸੀਂ? ਮਤਲਬ ਪ੍ਰੇਰਣਾ ਜੀ, ਉੱਥੇ ਅੰਦਰ ਸਾਡਾ ਜਗ੍ਹਾ ਤੁਹਾਨੂੰ ਮੈਂ ਦੱਸਿਆ ਵੀ ਸਾਡੀ ਪੁਸ਼ਤੈਨੀ ਜਗ੍ਹਾ ਕਾਫੀ ਪਈ ਸੀ, 2-3 ਪਲਾਟ ਪਏ ਸੀ, ਇਹ ਬਿਲਕੁਲ ਸੈਂਟਰ 'ਚ ਪਿਆ ਸੀ ਪਿੰਡ ਦੇ ਅਤੇ ਉੱਥੇ ਇੱਕ ਅਨਵਰ ਖਾਨ ਆ, ਉਹ ਸਾਡਾ ਪੁਰਾਣਾ ਘਰ ਆ ਜਿਹੜਾ, ਉਹਦੀ ਇੱਕ ਚਾਬੀ ਉਹਨਾਂ ਕੋਲ ਹੁੰਦੀ ਆ, ਉਹ ਗੱਡੀ ਖੜਾਉਂਦੇ ਨੇ ਰਾਤ ਨੂੰ, ਸਨੌੜ ਜੋਬ ਕਰਦੇ ਨੇ ਗੌਰਮੈਂਟ ਹੋਸਪਿਟਲ, ਸੋਰੀ ਗੌਰਮੈਂਟ ਸਕੂਲ 'ਚ ਬਤੌਰ SLA। ਅਤੇ ਉਹਨਾਂ ਨੇ ਮੇਰੇ ਕੋਲ ਉੱਦਾਂ ਹੀ ਜ਼ਿਕਰ ਕਰਿਆ ਕਿ ਅਸੀਂ ਮਸਜਿਦ ਲਈ ਜਗ੍ਹਾ ਲੈਣੀ ਚਾਹੁੰਦੇ ਸੀ ਵੀ ਪਰ ਲੈ ਨਹੀਂ ਸਕੇ, ਵੀ ਕੁਛ ਲੋਕਾਂ ਨੇ ਵੀ ਨਹੀਂ ਲੈਣ ਦਿੱਤੀ, ਵੀ ਉਹ ਕਹਿੰਦੇ ਵੀ ਲਾਊਡ ਸਪੀਕਰ ਕਰਕੇ ਪ੍ਰੋਬਲਮ ਆਊਗੀ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਸ ਦਿਨ ਬਣਨੀ ਹੋਈ ਕਿਸੇ ਦੇ ਰੋਕਿਆਂ ਰੁਕਣੀ ਨਹੀਂ। ਤਾਂ ਉਹਦਾ ਇਹ ਵਿਚਾਰ ਸੁਣ ਕੇ ਮੈਂ ਘਰ ਜਾ ਕੇ ਆਪਣੇ ਫਾਦਰ ਨਾਲ, ਚਾਚਾ ਜੀ ਨਾਲ, ਤਾਇਆ ਜੀ ਨਾਲ ਗੱਲ ਸ਼ੇਅਰ ਕਰੀ ਵੀ ਆਪਣੀ ਉਹ ਜਗ੍ਹਾ ਪਈ ਆ ਮਸਜਿਦ ਲਈ ਬਿਲਕੁਲ ਢੁਕਵੀਂ ਆ, ਵੀ ਜਿੰਨੇ ਮੁਹੰਮਦਨ ਨੇ ਆਪਣੇ ਪਿੰਡ ਕੋਈ ਜ਼ਿਆਦਾ ਰੀਸ ਨਹੀਂ, ਠੀਕ ਠਾਕ ਨੇ, 2 ਵਕਤ ਦੀ ਰੋਟੀ ਖਾਂਦੇ ਨੇ, ਵੀ ਉਹ ਇੰਨਾ ਐਫਰਟ ਨਹੀਂ ਕਰ ਸਕਦੇ ਵੀ ਜਗ੍ਹਾ ਖਰੀਦ ਕੇ ਬਣਾ ਸਕਣ, ਵੀ ਜੇ ਆਪਾਂ ਜਗ੍ਹਾ ਡੋਨੇਟ ਕਰ ਦਈਏ। ਤਾਂ ਮੇਰੀ ਫੈਮਿਲੀ ਬੜੀ ਖੁਸ਼ ਹੋਈ, ਰਿਐਕਸ਼ਨ ਬਹੁਤ ਵਧੀਆ ਸੀ ਸਾਰਿਆਂ ਦਾ। ਅਤੇ ਅਸੀਂ ਫਿਰ ਚਾਹੁੰਦੇ ਸੀ, ਤਕਰੀਬਨ 1 ਸਾਲ ਹੋ ਗਿਆ ਸਾਨੂੰ ਸੋਚੇ ਨੂੰ, ਕੋਵਿਡ ਕਰਕੇ ਲੋਕਡਾਊਨ ਰਿਹਾ, ਅਸੀਂ ਚਾਹੁੰਦੇ ਸੀ ਇੱਕ ਇਕੱਠ ਕਰ ਦਈਏ ਕਿਉਂਕਿ ਸਾਡੇ ਪਿੰਡ ਦੇ ਜਿੰਨੇ ਲੋਕ ਸੀ ਹੋਰ ਜਿਹੜੇ ਸਾਡੇ ਕਰੀਬੀ ਸੀ ਸਿੱਖ, ਉਹ ਵੀ ਕਹਿੰਦੇ ਸੀ ਵੀ ਆਪਾਂ ਇਕੱਠ ਕਰੀਏ ਅਤੇ ਉਹਦੇ ਨਾਲ ਇੱਕ ਚੰਦਾ ਇਕੱਠਾ ਹੋ ਜੂ ਵਧੀਆ। ਅਤੇ ਉਹਦੇ ਕਰਕੇ ਅਸੀਂ ਡਿਲੇ ਕਰਦੇ ਰਹੇ ਅਤੇ ਹੁਣ ਸਾਡੀ ਫੈਮਿਲੀ ਕਹਿੰਦੀ ਵੀ ਇੱਕ ਆਪਣੇ ਆਪ 'ਤੇ ਵਜਨ ਬਣ ਗਿਆ, ਆਪਾਂ ਜ਼ਬਾਨ 'ਚ ਕੋਈ ਗੱਲ ਕੱਢ ਦਈਏ ਕਿ ਆ ਰੱਬ ਦੇ ਕਰ ਲਈ ਆਪਾਂ ਜਗ੍ਹਾ ਦੇਣੀ ਆ, ਵੀ ਆਪਾਂ ਇੱਕ ਵਾਰ ਸਪੁਰਦਾਰੀ ਕਰੀਏ। ਜਦੋਂ ਵੀ ਉੱਪਰ ਵਾਲੇ ਨੇ ਸਮਾਂ ਚੰਗਾ ਲਿਆਂਦਾ, ਕਰੋਨਾ ਦੀ ਮਹਾਂਮਾਰੀ ਤੋਂ ਵਿਰਾਮ ਲੱਗਿਆ, ਅਤੇ ਫਿਰ ਅਸੀਂ ਰੱਬ ਚਾਹੇ ਇੱਕ ਵਧੀਆ ਪ੍ਰੋਗਰਾਮ ਕਰਾਂਗੇ ਅਤੇ ਸਾਰੇ ਇਲਾਕੇ ਦੇ ਪਤਵੰਤਿਆਂ ਨੂੰ ਬੁਲਾਵਾਂਗੇ ਉੱਥੇ। ਮਲੇਰਕੋਟਲਾ ਤੋਂ ਸ਼ਾਹਿਦ ਜੁਬੈਰੀ ਦੇ ਨਾਲ ਯਾਸੀਨ ਅਲੀ ਦੀ ਰਿਪੋਰਟ।